अज असीं ਘੱਗਰ ਦੇ ਕਿਨਾਰੇ ਤੇ ਖੜੇ ਆ ਹਲਕਾ ਸਤੂਰਗੜ੍ਹ ਵਿੱਚ। ਤੁਸੀਂ ਵੇਖੋਗੇ ਕਿ ਲੋਕਾਂ ਦੇ ਸਾਹ ਸੁੱਤੇ ਪਏ ਨੇ। ਐਡੀ ਵੱਡੀ ਪੱਧਰ ਤੇ ਜੋ ਪਿੱਛੋਂ ਪਾਣੀ ਆ ਰਿਹਾ ਹੈਗਾ ਉਸ ਦੀ ਕੋਈ ਸਫਾਈ ਨਹੀਂ ਕੀਤੀ ਜਾ ਰਹੀ, ਪ੍ਰਸ਼ਾਸਨਾਂ ਦੀ ਕੋਈ ਚੀਜ਼ ਨਹੀਂ। ਅਸੀਂ ਪਹਿਲਾਂ ਵੀ ਕਿਹਾ ਸੀਗਾ ਪ੍ਰਸ਼ਾਸਨ ਨੂੰ ਮਿਲ ਕੇ ਕਿ ਇਸ ਸੀਜ਼ਨ ਦੇ ਵਿੱਚ ਹੜ੍ਹ ਆਉਂਦੇ ਨੇ, ਤੁਸੀਂ ਡਰੇਨਾਂ ਦੀ ਸਫਾਈ ਕਰਾ ਦਿਓ, ਘੱਗਰ ਦੇ ਪੁਖਤਾ ਪ੍ਰਬੰਧ ਕਰ ਦਿਓ, ਪਰ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਦਾ ਖਮਿਆਜ਼ਾ ਅੱਜ ਘੱਗਰ ਤੇ ਵੱਸਦੇ ਲੋਕ ਭੁਗਤ ਰਹੇ ਨੇ। ਤੁਸੀਂ ਵੇਖੋਗੇ ਕਿ ਘੱਗਰ ਜਿਹੜਾ ਆਪਦੇ ਪੂਰਾ ਵੀ ਡਾਫ ਲੱਗ ਚੁੱਕੀ ਆ, ਪਰ ਇੱਥੇ ਪ੍ਰਸ਼ਾਸਨ ਨਾਂ ਦਾ ਕੋਈ ਅਧਿਕਾਰੀ ਨਹੀਂਗਾ, ਆ ਕੇ ਬੂਟੀ ਫਸੀ ਹੋਈ ਆ। ਤੁਸੀਂ ਵੇਖੋਗੇ ਕੋਈ ਸਫਾਈ ਨਹੀਂ। ਕੱਲ੍ਹ ਇੱਕ JCB ਲਾਈ ਸੀ ਪ੍ਰਸ਼ਾਸਨ ਨੇ, ਉਹ JCB ਇੱਧਰੋਂ ਚੱਕ ਕੇ ਬੂਟੀ ਨੂੰ ਪੁਲ ਦੇ ਦੂਜੇ ਪਾਸੇ ਸੁੱਟ ਦਿੰਦੀ ਸੀ। ਪੁਲ ਦੇ ਉੱਤੇ ਤੁਸੀਂ ਦੇਖੋਗੇ ਰੇਲਗਨ ਟੁੱਟ ਚੁੱਕੀ ਆ, ਆਵਾਜਾਈ ਬੰਦ ਕਰ ਦਿੱਤੀ ਆ। ਜਿਹੜੀ ਹੈਗੀ ਆ ਕਿ ਇਹਦੇ ਨਾਲ ਜਿਹੜਾ ਸਰਦੂਲਗੜ੍ਹ ਦੇ ਸ਼ਹਿਰ ਦਾ ਅਤੇ ਇੱਧਰਲੇ ਪਿੰਡਾਂ ਦਾ 16-17 ਪਿੰਡਾਂ ਦਾ ਸੰਪਰਕ ਸਮੁੱਚੇ ਪੰਜਾਬ ਨਾਲੋਂ ਟੁੱਟ ਚੁੱਕਿਆ ਹੈ। ਸੋ ਬੇਨਤੀ ਆ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦਾ ਫੇਲਰ ਆ। ਆਹ ਦੇਖੋ ਪੁਲ ਦੇ ਵਿੱਚ ਕਿਵੇਂ ਤਰੇੜਾਂ ਪਈਆਂ ਹੋਈਆਂ ਨੇ, ਇਹ ਪੁਲ ਨਕਾਰਾ ਕਰਾਰ ਦਿੱਤਾ ਹੋਇਆ। ਸੋ ਅਸੀਂ ਆਮ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਰਕਾਰ ਨੇ ਲੋਕਾਂ ਨੂੰ ਮਰ ਲਈ ਛੱਡਤਾ, ਕੋਈ ਇੱਥੇ ਗੱਟੇ ਨਹੀਂ ਭਰੇ ਜਾ ਰਹੇ, ਕੋਈ ਇੱਥੇ ਜਿਹੜੀ ਬੂਟੀ ਆ ਰਹੀ ਇਹ ਨਹੀਂ ਕੱਢੀ ਜਾ ਰਹੀ, ਕੋਈ ਪੁਲ ਦੇ ਉੱਤੇ ਰੱਸੀ ਨਹੀਂ ਬੰਨ੍ਹੀ ਜਾ ਰਹੀ ਕਿ ਲੋਕ ਡਿੱਗਣਾ ਪੈਣ। ਤੁਸੀਂ ਵੇਖੋਗੇ ਕਿ ਲੋਕ ਕਿਵੇਂ ਆਪਦੀ ਜਾਨ ਜੋਖਮ ਦੇ ਵਿੱਚ ਪਾ ਕੇ ਪੁਲ ਨੂੰ ਪਾਰ ਕਰ ਰਹੇ ਆ। ਕਿਨਾਰੇ ਦੇ ਉੱਤੇ ਮੈਂ ਦਿਖਾਊਂਗਾ ਕਿ ਕਿਵੇਂ ਜਾਨ ਜੋਖਮ 'ਚ ਪਾ ਕੇ ਪੁਲ ਨੂੰ ਪਾਰ ਕਰ ਰਹੇ, ਰੇਲਿੰਗ ਟੁੱਟੀ ਹੋਈ ਆ। ਸੋ ਅਸੀਂ ਕਹਿੰਦੇ ਹਾਂ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਜੋ ਦਮਗਜੇ ਮਾਰਦੀ ਆ, ਸਰਕਾਰ ਕੈਪਟਨ ਸਿੱਧੂ ਦੀ ਲੜਾਈ 'ਚ ਉਲਝੀ ਰਹੀ, ਕੈਪਟਨ ਸਿੱਧੂ ਦੀ ਲੜਾਈ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਤਾ। ਅੱਜ ਕੋਈ ਡਰੇਨਾਂ ਦੀ ਸਫਾਈ ਨਹੀਂ, ਅਸੀਂ ਪਹਿਲਾਂ ਵੀ ਕਿਹਾ ਸੀ। ਆਹ ਦੇਖੋ ਆਹ ਗੰਦ ਵੇਖੋਗੇ, ਇਹਦੇ ਵਿੱਚ ਸੱਪ ਆ ਰਹੇ ਆ, ਮੁਸ਼ਕ ਮਾਰ ਰਹੀ ਆ ਸਾਰੇ। ਸੋ ਅਸੀਂ ਸਰਦੂਲਗੜ੍ਹ ਦੇ ਜਿੰਨੇ ਵੀ ਵਾਸੀ ਨੇ ਇੰਨੇ ਪਰੇਸ਼ਾਨ ਨੇ, ਅਸੀਂ ਮਰਾਂਗੇ ਪਾਣੀ ਟੁੱਟ ਕੇ ਵੀ, ਅਤੇ ਜੇ ਇਹਦੇ ਨਾਲ ਬਿਮਾਰੀ ਫੈਲੂਗੀ ਇਹਦੇ ਨਾਲ ਵੀ ਮਰਾਂਗੇ। ਸੋ ਅਸੀਂ ਦੱਸਣਾ ਚਾਹੁੰਦੇ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇੱਥੇ ਪੁਖਤਾ ਪ੍ਰਬੰਧ ਕੀਤੇ ਜਾਣ, ਇਸ ਪੁਲ ਦੇ ਵਿੱਚੋਂ ਬੂਟੀ ਕੱਢੀ ਜਾਵੇ ਅਤੇ ਰੇਲਿੰਗ ਲਾਈ ਜਾਵੇ, ਥੈਲੇ ਭਰੇ ਜਾਣ। ਨਹੀਂ ਅਸੀਂ ਵੱਡਾ ਸੰਘਰਸ਼ ਕਰਾਂਗੇ, ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ, ਲੋਕਾਂ ਨੂੰ ਮਰਨ ਕਿਨਾਰੇ ਛੱਡ ਦਿੱਤਾ।